ਪੋਜ਼ਿਟਿਵ ਫੀਡਬੈਕ ਵੀ ਦਿੰਦੇ ਹੈਗਾ ਵੀ ਕੀ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਅਤੇ ਇਨਫੋਰਮੇਸ਼ਨ ਕੀ ਸੀਗੀ ਬਹੁਤ ਸਾਰੇ ਪੇਸ਼ੈਂਟ ਵੀ ਹੋਣਗੇ ਜਿਨ੍ਹਾਂ ਦੇ ਡਾਇਬੀਟਿਸ ਹੋਊਗੀ ਸੋ ਡਾਇਬੀਟਿਸ ਇਹ ਨਹੀਂ ਹੈਗੀ ਕਿ ਕਿਸੇ ਦੇ ਘਰ ਵਿੱਚ ਨਹੀਂ ਹੈਗੀ ਕੋਈ ਘਰ ਹੋਏਗਾ ਜਿੱਥੇ ਡਾਇਬੀਟਿਸ ਨਹੀਂ ਹੈਗੀ ਨਹੀਂ ਤਾਂ ਹਰ ਕਿਸੇ ਨੂੰ ਡਾਇਬੀਟਿਸ ਹੈਗੀ ਹੈ ਇਸ ਦੇ ਬਾਰੇ ਜਿੰਨੀ ਇਨਫੋਰਮੇਸ਼ਨ ਮੈਨੂੰ ਲੱਗਦਾ ਦਿੱਤੀ ਜਾ ਸਕੇ ਉਨੀ ਘੱਟ ਹੈਗੀਆਂ ਲੋਕ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਆ ਕਿ ਇਹ ਫਰਕ ਕੀ ਆ ਟਾਈਪ 1 ਦੇ ਵਿੱਚ ਟਾਈਪ 2 ਚ ਇਹੋ ਜਿਹੇ ਕੁਐਸਚਨ ਤੁਹਾਡੇ ਤੱਕ ਆਏ ਦੇ ਵਾਸਤੇ ਇੰਪੋਰਟੈਂਟ ਹੈ ਸਾਡੇ ਸੈੱਲ ਫੰਕਸ਼ਨ ਵਾਸਤੇ ਸਾਡੀ એનર્ਜੀ ਲੈਵਲ ਵਾਸਤੇ ਹੋਰ ਵੀ ਬਈਆਂ ਚੀਜ਼ਾਂ ਸਿੱਖਣੇ ਆ ਉਹਦੇ ਰਸਤੇ ਜਦੋਂ ਬਾਡੀ ਵਿੱਚ ਜਾਂਦਾ ਤੇ ਉਹ ਕਿਸ ਤਰ੍ਹਾਂ ਪ੍ਰੋਡਿਊਸ ਹੋ ਕੇ ਤੇ ਸਾਡੇ ਖੂਨ ਦੇ ਵਿੱਚ ਜਾ ਕੇ ਤੇ ਜਿਹੜਾ ਗਲੂਕੋਜ਼ ਹੈ ਉਹ ਸੈੱਲ ਦੇ ਵਿੱਚ ਜਾ ਕੇ ਤੇ ਆਪਣਾ ਕੰਮ ਕਰਦਾ ਜਦੋਂ ਗਲੂਕੋਜ਼ ਜਿਹੜੇ ਟਾਈਪ 2 ਵਾਲੇ ਨੇ ਉਹਨਾਂ ਵਿੱਚ ਜਿਹੜੀ ਇਨਸੂਲਿਨ ਕੰਮ ਨਹੀਂ ਕਰਦੀ ਸੋ ਬੇਸਿਕ ਬੜੇ ਸਾਫ ਜਿਹੜੇ ਥੋੜੇ ਸ਼ਬਦਾਂ ਵਿੱਚ ਮੈਂ ਇਹੋ ਕਹਿ ਸਕਦਾ ਵੀ ਇੱਕ ਟਾਰਗੇਟ ਤੇ ਕੰਮ ਕਰਦੀਏ ਦੂਜੇ ਨਹੀਂ ਕਰਦੀ ਕਿਉਂਕਿ ਉਹ ਹੈ ਹੀ ਨਹੀਂ ਸਮਾਨ ਵਿੱਚ ਟਾਈਪ 1 ਜਾਂ ਟਾਈਪ 2 ਲੈਟ ਮੀ ਫੋਕਸ ਔਨ ਟਾਈਪ 2 ਤੇ ਕਿਉਂਕਿ ਸਾਰੇ ਉੱਥੇ ਟਾਈਪ 2 ਵਾਲੇ ਜਾ ਸਕਦੇ ਹੈ। ਜਿਹੜੇ 슈ਗਰ ਬੋਡੀ ਵੇ ਜਾਣਾ ਹੋਣੀ ਸ਼ੁਰੂ ਹੋ ਜਾਂਦੀ ਹੈ ਬਲੱਡ ਦੇ ਵਿੱਚ ਉਹ ਜਿਹੜੀ ਐਕਸੈਸਿਵ 슈ਗਰ ਹੈ ਉਹ ਜਿਹੜੇ ਸਾਡੇ ਬਾਡੀ ਤੇ ਜਿਹੜੇ ਸੈਲਸ ਨੇ ਉਹਨਾਂ ਵਿੱਚ ਵੜ ਕੇ ਤੇ ਨੁਕਸਾਨ ਕਰਦੀ ਹੈ। ਤੁਸ ਜ਼ਿਕਰ ਸੰਜਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ ਤੇ ਇੱਕ ਵਾਰ ਫਿਰ ਹਾਜ਼ਰਾਂ ਹੈਲਥ ਸ਼ੋਅ ਲੈ ਕੇ ਜਿਸ ਵਿੱਚ ਬਹੁਤ ਸਾਰੀ ਤੇੰਸਾਰੀ ਇਨਫਰਮੇਸ਼ਨ ਹੋਵੇਗੀ ਪਿਛਲੇ ਹਫਤੇ ਤੁਹਾਨੂੰ ਦੱਸਿਆ ਸੀ ਕਿ ਸੈਮੀਨਾਰ ਹੋਣ ਜਾ ਰਿਹਾ ਹੈ ਤੇ 5 ਤਰੀਕ ਨੂੰ ਉਹ ਸੈਮੀਨਾਰ ਹੋਇਆ ਸਿਟੀ ਹਾਲ ਦੇ ਵਿੱਚ ਸਰੀ ਦੇ ਵਿੱਚ ਡਾਇਬਟੀਜ਼ ਨੂੰ ਲੈ ਕੇ ਉੱਥੇ ਵੀ ਸਾਡੀ ਟੀਮ ਪਹੁੰਚੀ ਹੋਈ ਸੀ ਤੇ ਉੱਥੇ ਵੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿੰਨੇ ਲੋਕ ਚਾਹੁੰਦੇ ਨੇ ਕਿ ਡਾਇਬਟੀਜ਼ ਦੀ ਇਨਫਰਮੇਸ਼ਨ ਜਿਹੜੀ ਉਹ ਲਈ ਜਾਵੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉੱਥੇ ਵੀ ਲੈ ਚੱਲੀਏ ਉਥੋਂ ਦੇ ਸ਼ਾਰਟਸ ਵੀ ਦਿਖਾਏ ਜਾਣ ਦਿਖਾਇਆ ਜਾਵੇ ਕਿ ਕਿੰਨੇ ਲੋਕ ਪਹੁੰਚੇ ਹੋਏ ਸੀ ਕਿੰਨੇ ਸਪੀਕਰ ਪਹੁੰਚੇ ਹੋਏ ਸੀ ਤੇ ਧੰਨਵਾਦ ਕਰਦੇ ਆ ਡਾਕਟਰ ਗੁਲਜ਼ਾਰ ਸੀਮਾ ਦਾ ਜਿਹੜੇ ਅਜਿਹੇ ਕਾਜ਼ਸ ਦੇ ਲਈ ਸਾਂਝਾ ਟੀਵੀ ਨੂੰ ਵੀ ਸ਼ਾਮਿਲ ਕਰਦੇ ਨੇ ਸਾਂਝਾ ਟੀਵੀ ਨੂੰ ਵੀ ਇਨਵਾਈਟ ਕਰਦੇ ਨੇ ਤਾਂ ਕਿ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਸਕੀਏ ਜੇ ਤੁਸੀਂ ਇਹ ਮਿਸ ਕਰ ਗਏ ਆ ਤਾਂ ਤੁਸੀਂ ਇਹ ਸਪੈਸ਼ਲ ਇੰਟਰਵਿਊ ਵੀ ਸੋਣ ਸਕਦੇ ਆ ਤੇ ਨਾਲ ਨਾਲ ਤੁਸੀਂ ਉਹ ਵੀ ਦੇਖ ਸਕਦੇ ਆ ਕਿ ਜਦੋਂ ਇਹ ਸੈਮੀਨਾਰ ਹੋਇਆ ਸੀਗਾ ਸੋ ਉਸ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੇ ਸਵਾਲ ਪੁੱਛਿਆ ਕਿਉਂਕਿ ਅਸੀਂ ਲਗਾਤਾਰ ਡਾਕਟਰ ਗੁਲਜ਼ਾਰ ਸੀਮਾ ਸਟੂਡੀਓ ਦੇ ਵਿੱਚ ਆਉਂਦੇ ਨੇ ਤੇ ਲਗਾਤਾਰ ਅਸੀਂ ਕਈ ਐਪੀਸੋਡ ਡਾਇਬੀਟਿਸ ਦੇ ਰਿਲੇਟਿਡ ਵੀ ਕੀਤੇ ਨੇ ਕਿ ਕਿਵੇਂ ਹੁੰਦੀ ਹੈ ਕਿਵੇਂ ਕੰਟਰੋਲ ਕੀਤੀ ਜਾ ਸਕਦੀ ਹੈ ਤੇ ਹੋਰ ਬਹੁਤ ਕੁਝ ਤੇ ਹੁਣ ਉਸ ਸੈਮੀਨਾਰ ਦੇ ਵਿੱਚ ਲੋਕਾਂ ਨੇ ਨਵੇਂ ਸਵਾਲ ਪੁੱਛੇ ਨੇ ਕੀ ਸਵਾਲ ਪੁੱਛੇ ਨੇ ਲੋਕਾਂ ਦਾ ਕੀ ਕਹਿਣਾ ਤੇ ਡਾਕਟਰ ਜੀਮਾ ਦਾ ਕੀ ਕਹਿਣਾ ਇਸ ਬਾਰੇ ਆਓ ਡਾਕਟਰ ਜੀਮਾ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੇ ਆਪਣਾ ਜਿਹੜਾ ਸੈਮੀਨਾਰ ਸੀ ਆਈਕਨ ਦਾ ਜੀ 5 ਮਾਰਚ ਨੂੰ ਜਿਹੜਾ ਹੋਇਆ ਇੱਥੇ ਆਪਣੇ ਸਿਟੀ ਹਾਲ ਦੇ ਵਿੱਚ ਬੜਾ ਬੜਾ ਕਾਮਯਾਬ ਰਿਹਾ ਕਿਉਂਕਿ 3 ਸਾਲਾਂ ਦੇ ਜਿਹੜਾ ਸੀ ਕੋਵਿਡ ਤੋਂ ਬਾਅਦ ਇਹ ਪਹਿਲੀ ਵਾਰੀ ਮੌਕਾ ਮਿਲਿਆ ਸਾਰਿਆਂ ਨੂੰ ਫਿਜ਼ੀਕਲੀ ਲੋਕੀ ਆਏ ਤੇ ਸਿਟੀ ਹਾਲ ਦੇ ਵਿੱਚ ਉਹਨਾਂ ਨੇ ਬੜਾ ਸੋਹਣਾ ਵੈਨਿਊ ਸੀ ਪਹਿਲੀ ਵਾਰੀ ਮੈਂ ਦੇਖਿਆ ਉੱਥੇ ਜਾ ਕੇ ਕਿ ਐਡਾ ਸੋਹਣਾ ਥੀਏਟਰ ਬਣਾਇਆ ਐਡੀ ਐਡਾ ਉਹਨਾਂ ਦੀ ਟੈਕਨੋਲੋਜੀ ਉਹਨਾਂ ਕੋਲ ਹੈ ਜੀ ਇਹ ਕਿਸ ਤਰੀਕੇ ਨਾਲ ਉਹਨਾਂ ਨੇ ਸਪੋਰਟ ਕੀਤਾ ਸੋ ਜਿਹੜੀ ਸਿਟੀ ਹਾਲ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਬਹੁਤ ਕੋਆਪਰੇਸ਼ਨ ਦਿਖਾਈ ਤੇ ਜਿਹੜੀ ਆਈਕਨ ਦੀ ਟੀਮ ਦੇ ਨਾਲ ਉਹਨਾਂ ਪਹਿਲਾਂ ਵੀ ਕੋਆਰਡੀਨੇਸ਼ਨ ਕਰਕੇ ਤੇ ਉਸ ਟਾਈਮ ਦੇ ਵਿੱਚ ਜਿਹੜਾ ਸੀ ਨਾ ਸਾਰਾ ਪ੍ਰੋਗਰਾਮ ਲੋਕਾਂ ਨੂੰ ਦੱਸਿਆ ਉੱਥੇ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜਾ ਕਾਫੀ ਜਿਹੜਾ ਸੀ ਰਜਿਸਟ੍ਰੇਸ਼ਨ ਕਰਾਈ ਸੀ ਕਾਫੀ ਫਿਜ਼ੀਕਲ ਲੋਕ ਵੀ ਬਹੁਤ ਸਨ ਤੇ ਉਹ ਸਾਰਾ ਜਿਹੜਾ ਹਾਲ ਸੀ ਆਲਮੋਸਟ ਉਹਦੀ ਕੈਪੈਸਿਟੀ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਪਰ ਕਾਫੀ ਭਰਿਆ ਸੀ ਤੇ ਲੋਕੀ ਕਈ ਆਉਂਦੇ ਸਨ ਜਾਂਦੇ ਸਨ ਤੇ ਕਿਉਂਕਿ ਸਾਰਾ ਦਿਨ ਕਿਵਰੀ ਮੁਸ਼ਕਲ ਹੋ ਜਾਂਦਾ ਵੀ 10 ਤੋਂ ਲੈ ਕੇ 6 6 ਵਜੇ ਤੱਕ 4 ਵਜੇ ਤੱਕ ਬੈਠਣਾ ਸੋ ਓਵਰਆਲ ਮੈਂ ਦੇਖਿਆ ਗਿਆ ਕਿ ਪਿਛਲੇ ਕੋਈ 10 ਸਾਲਾਂ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਕੀਤੇ ਨੇ ਹਰ ਵਾਰੀ ਕੋਈ ਨਾ ਕੋਈ ਨਵੀਂ ਗੱਲ ਉਹਦੇ ਵਿੱਚੋਂ ਸਾਨੂੰ ਮਿਲਦੀ ਹੈ ਲੋਕਾਂ ਨਾਲ ਸ਼ੇਅਰ ਕਰਨੀ ਲੋਕਾਂ ਕੋ ਉਹਨਾਂ ਤੋਂ ਉਹਨਾਂ ਦੇ ਸਵਾਲ ਤੋਂ ਕਈ ਜਿਹੜੇ ਸਵਾਲ ਸੀ ਇਹਨਾਂ ਬੜੇ 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 ਤਿੱਖੇ ਸਨ ਤਿੱਖੇ ਇਸ ਤਰ੍ਹਾਂ ਵੀ ਬੜੇ ਪਿੰਪੁਆਇੰਟਿੰਗ ਸਨਗੇ ਇੱਕ ਦੋ ਸਵਾਲ ਮੈਂ ਸ਼ੇਅਰ ਕਰਾਂਗਾ ਵੀ ਉਹਨਾਂ ਕਿਹੜੀ ਕਿਹੜੀ ਗੱਲ ਪੁੱਛੀ ਤੋਂ ਉਹ ਕਿਵਰੀ ਸੋਚਨ ਚ ਪੈ ਜਾਂਦਾ ਕਿ ਜਿਹੜਾ ਪ੍ਰੋਫੈਸ਼ਨਲ ਵੀ ਇਹਨਾਂ ਦਾ ਜਵਾਬ ਕਿਸ ਤਰ੍ਹਾਂ ਦੇਈਏ ਕਿਉਂਕਿ ਥੋੜੇ ਜਿਹੇ ਟਾਈਮ ਦੇ ਵਿੱਚ ਅਸੀਂ ਸਵਾਲਾਂ ਦੇ ਜਵਾਬ ਦੇਣੇ ਸੋ ਉਹ ਜਿਹੜਾ ਨਾ ਆਈਕੌਨ ਦਾ ਜਿਹੜੀ ਪ੍ਰੋਜੈਕਟ ਦੀ ਜਿਹੜੀ ਟੀਮ ਹੈ ਉਹ ਆਪੇ ਉਹਦੇ ਤੇ ਆਪਣੇ ਜਿਹੜਾ icon.org ਦਾ ਜਿਹੜਾ ਪ੍ਰੋਜੈਕਟ ਉਦੇ ਵਿੱਚ ਸਾਰਾ ਉਹਨਾਂ ਨੇ ਸਾਰਾ ਪ੍ਰੋਗਰਾਮ ਜਿਹੜਾ ਐਡਿਟ ਕਰਕੇ ਪਾਣਾ ਜੋ ਵੀ ਵੇਖ ਕੇ ਕਿੜੀਆਂ ਕਿੜੀਆਂ ਗੱਲਾਂ ਪਾਣ ਵਾਲੀਆਂ ਕਿੜੀਆਂ ਕੱਟਣ ਵਾਲੀਆਂ ਸੋ ਵੇਖਣਗੇ ਮੇਰਾ ਇਹ ਪ੍ਰੋਗਰਾਮ ਮਕਸਦ ਕਰਨ ਦਾ ਸਾਂਝਾ ਟੀਵੀ ਤੇ ਨਾਲ ਆ ਕੇ ਦੁਬਾਰਾ ਇਹ ਦੱਸਣਾ ਕਿ ਲੋਕਾਂ ਦੇ ਸਵਾਲ ਕੀ ਸਨ ਕਿੰਨਾ ਕੋ ਉਹਨਾਂ ਨੇ ਸਿੱਖਿਆ ਜਾਂ ਕਿੰਨੇ ਲੋਕਾਂ 'ਚ ਐਕਸਾਈਟਮੈਂਟ ਹੈਗੀ ਹੈ ਸੋ ਇਸ ਤੋਂ ਪਹਿਲਾਂ ਵੀ ਆਪਾਂ ਐਕਸਾਈਟਮੈਂਟ ਦੀ ਗੱਲ ਕਰੀਏ ਪ੍ਰੋਗਰਾਮ ਪ੍ਰੋਵਿੰਸ ਨੇ ਫੰਡ ਕੀਤਾ ਮੋਸਟ ਜਿਹੜੇ ਸੀ ਆਪਣੇ ਜਿਹੜਾ ਮੇਜਰ ਜਿਹੜੇ ਸਾਊਥ ਏਸ਼ੀਅਨ ਪਲੈਟਫਾਰਮ ਨੇ ਸਾਰਿਆਂ ਨੇ ਸਪੋਰਟ ਕੀਤਾ ਇਹਨੂੰ ਪ੍ਰਮੋਟ ਕਰਨ ਦੇ ਵਿੱਚ ਪਰ ਮੈਂ ਸਮਝਦਾ ਕਿ ਇੰਨੀ ਕੁ ਲੋਕਾਂ ਕੋਲ ਹੁਣ ਨੌਲੇਜ ਹੈਗੀ ਹੈ ਕਿ ਉਹ ਮੈਨੂੰ ਜਾਬਦਾ ਵੀ ਅਗਲੀ ਵਾਰੀ ਸਾਨੂੰ ਹੋ ਸਕਦਾ ਉਹ ਟਾਪਿਕ ਬਦਲਣਾ ਪਏ ਜਾਂ ਹੋਰ ਕੁਝ ਕਰਨਾ ਪਏ ਕਿਉਂਕਿ ਜਿਹੜੀ 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 ਟਰੈਕਸ਼ਨ ਹੈ ਕਿਸੇ ਵੀ ਇਸ਼ੂ ਦੀ ਉਹ ਕੋਈ ਹੱਦ ਤੱਕ ਹੁੰਦੀ ਉਸ ਤੋਂ ਬਾਅਦ ਉਹ ਨਾ ਲੂਜ਼ ਕਰ ਜਾਂਦਾ ਆਪਣੀ ਉਹ ਜਿਹੜੀਆਂ ਆਪਣਾ ਟਾਰਗੇਟ ਤੇ ਆਪਣੀ ਜਿਹੜੀਆਂ ਨਾ ਉਹਦਾ ਅਸਰ ਜਿਹੜਾ ਨਾ ਉਹ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਬਾਰ ਬਾਰ ਰਿਪੀਟ ਜਦੋਂ ਗੱਲ ਕਰਨੇ ਹੋ ਸਕਦਾ ਉਹ ਸਮਝ ਦੀ ਹੁੰਨ ਕਿ ਇਹ ਕੀ ਬੋਲੀ ਜਾਂਦੇ ਬਾਰ ਬਾਰ ਪਰ ਮੈਂ ਸਮਝ ਨਾ ਪਰ ਕਈ ਜਿਹੜੇ ਨਵੇਂ ਲੋਕ ਸੀ ਉਹਨਾਂ ਵਾਸਤੇ ਠੀਕ ਸੀ ਸੋ ਪਹਿਲੀ ਗੱਲ ਤੇ ਹੈ ਕਿ ਸਾਰਿਆਂ ਦਾ ਬਹੁਤ ਧੰਨਵਾਦ ਸਾਂਝਾ ਟੀਵੀ ਦੇ ਦੇ ਟੀਮ ਆਈ ਸੀ ਸੋ ਉਹਨਾਂ ਨੇ ਕਾਫੀ ਕਵਰ ਕੀਤਾ ਉਸ ਟਾਈਮ ਦੇ ਤੇ ਬਾਕੀ ਸਾਰੇ ادارےਾਂ ਨੇ ਕੀਤਾ ਸੋ ਮੈਂ ਹੁਣ ਸਾਰਿਆਂ ਦਾ ਨਾਂ ਨਹੀਂ ਲੈਣਾ ਫਿਰ ਪ੍ਰੋਬਲਮ ਪੈ ਜਾਂਦੀ ਬਹੁਤ ਟਾਈਮ ਖਰਾਬ ਹੁੰਦਾ ਟਾਈਮ ਜਿਹੜਾ ਨਾ ਖਰਚ ਹੋ ਜਾਂਦਾ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਜੇ ਮੈਂ ਚਾਹਣਾ ਵੀ ਅਪਾਸਟ ਹੋਰ ਗੱਲਾਂ ਕਰੀਏ ਜੀ ਬਿਲਕੁਲ ਡਾਕਟਰ ਜੀ ਤੁਸੀਂ ਹਮੇਸ਼ਾ ਪੋਜ਼ਿਟਿਵ ਫੀਡਬੈਕ ਵੀ ਦਿੰਦੇ ਹੈਗੇ ਆ ਵੀ ਕੀ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਉਹ ਤੇ ਇਨਫੋਰਮੇਸ਼ਨ ਕੀ ਸੀਗੀ ਵੋਲੰਟੀਅਰ ਦੇ ਤੌਰ ਦੇ ਉੱਤੇ ਤੁਸੀਂ ਹਮੇਸ਼ਾ ਬਚਰਦੇ ਆ ਤੁਹਾਡੇ ਵਕ ਵਕ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਆ ਤੁਹਾਡੇ ਬਹੁਤ ਸਾਰੇ ਪੇਸ਼ੈਂਟ ਵੀ ਹੋਣਗੇ ਜਿਨ੍ਹਾਂ ਦੇ ਡਾਇਬੀਟਿਸ ਹੋਊਗੀ ਸੋ ਡਾਇਬੀਟਿਸ ਇਹ ਨਹੀਂ ਹੈਗੀ ਕਿ ਕਿਸੇ ਦੇ ਘਰ ਵਿੱਚ ਨਹੀਂ ਹੈਗੀ ਕੋਈ ਘਰ ਹੋਏਗਾ ਜਿੱਥੇ ਡਾਇਬੀਟਿਸ ਨਹੀਂ ਹੈਗੀ ਨਹੀਂ ਤਾਂ ਹਰ ਕਿਸੇ ਨੂੰ ਡਾਇਬੀਟਿਸ ਹੈਗੀ ਐ ਸੋ ਇਹਦੇ ਬਾਰੇ ਜਿੰਨੀ ਇਨਫੋਰਮੇਸ਼ਨ ਮੈਨੂੰ ਲੱਗਦਾ ਦਿੱਤੀ ਜਾ ਸਕੇ ਉਨੀ ਘੱਟ ਹੈਗੀ ਆ ਲੋਕ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਆ ਕਿ ਇਹ ਫਰਕ ਕੀ ਆ ਟਾਈਪ 1 ਦੇ ਵਿੱਚ ਟਾਈਪ 2 ਚ ਇਹੋ ਜਿਹੇ ਕੁਐਸਚਨ ਤੁਹਾਡੇ ਤੱਕ ਆਏ ਯਾ ਸਾਰੇ ਜਿਹੜੇ ਨਾ ਸਰ ਇਹ ਜਿਹੜੇ ਸਵਾਲ ਸੀ ਨਾ ਇਹ ਬੇਸਿਕ ਸਵਾਲ ਸੀ ਸਾਰਿਆਂ ਨੇ ਪੁੱਛਿਆ ਵੀ ਟਾਈਪ 1 ਡੈਟ ਨੇਚੁਰਲੀ ਵੀ ਕੀ ਹੁੰਦੀ ਉਹਦੇ ਵਿੱਚ ਦੱਸਿਆ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬੜੇ ਤਰੀਕੇ ਨਾਲ ਐਕਸਪਲੇਨ ਕੀਤਾ ਸਾਰਿਆਂ ਨੇ ਵੀ ਜਿਹੜੀ ਸ਼ੂਗਰ ਹੈ ਹਾਂਜੀ ਗਲੂਕੋਜ਼ ਸਾਡੀ ਬੋਡੀ ਵਿੱਚ ਸਾਡੇ ਵਾਸਤੇ ਇੰਪੋਰਟੈਂਟ ਹੈ ਸਾਡੇ ਸੈਲ ਫੰਕਸ਼ਨ ਵਾਸਤੇ ਸਾਡੀ એનર્ਜੀ ਲੈਵਲ ਵਾਸਤੇ ਉਹ ਨਾਰਮਲੀ ਜਿਹੜਾ ਸ਼ੂਗਰ ਜਦੋਂ ਅਸੀਂ ਖਾਂਦੇ ਹਾਂ ਕਿਸੇ ਵੀ ਕਿਸੇ ਵੀ ਸ਼ੇਪ ਦੇ ਫਾਰਮ ਦੇਵੇ ਜਿਹੜਾ 슈ਗਰ ਹੈ ਜਾਂ ਫੂਡ ਜਾਂ ਫਰੂਟਸ ਜਾਂ ਹੋਰ ਜਿਹੜੀਆਂ ਚੀਜ਼ਾਂ ਸਿੱਖਾਣੇ ਆ ਉਹਦੇ ਰਸਤੇ ਜਦੋਂ ਬਾਡੀ ਵਿੱਚ ਜਾਂਦਾ ਤੇ ਉਹ ਕਿਸ ਤਰ੍ਹਾਂ ਪ੍ਰੋਡਿਊਸ ਹੋ ਕੇ ਤੇ ਸਾਡੇ ਖੂਨ ਦੇ ਵਿੱਚ ਜਾ ਕੇ ਤੇ ਜਿਹੜਾ ਗਲੂਕੋਸ ਹੈ ਉਹ ਸੈੱਲ ਦੇ ਵਿੱਚ ਜਾ ਕੇ ਤੇ ਆਪਣਾ ਕੰਮ ਕਰਦਾ ਜਦੋਂ ਗਲੂਕੋਸ ਸੈੱਲ ਦੇ ਵਿੱਚ ਪਹੁੰਚਦਾ ਉਹਨੂੰ ਕੰਮ ਕਰਨ ਵਾਸਤੇ ਜ਼ਰੂਰਤ ਪੈਂਦੀ ਇਨਸੂਲਿਨ ਦੀ ਜਿਹੜੀ ਇਨਸੂਲਿਨ ਉਹ ਪੈਂਕ੍ਰੀਆਸ ਤੋਂ ਹੁੰਦੀ ਹੈ ਉਹ ਜਿਹੜਾ ਪੈਂਕ੍ਰੀਆਸ ਇੱਕ ਆਰਗਨ ਸਾਡੇ ਪੇਟ ਦੇ ਵਿੱਚ ਹੁੰਦਾ ਸੋ ਜਿਹੜੇ ਟਾਈਪ 1 ਵਾਲੇ ਨੇ ਉਹਨਾਂ ਵਿੱਚੋਂ ਇਨਸੂਲਿਨ ਬੰਦੀ ਨਹੀਂ ਜਿਹੜੇ ਟਾਈਪ 2 ਵਾਲੇ ਨੇ ਉਹਨਾਂ ਵਿੱਚ ਜਿਹੜੀ ਇਨਸੂਲਿਨ ਕੰਮ ਨਹੀਂ ਕਰਦੀ ਸੋ ਬੇਸਿਕ ਬੜੇ ਸਾਫ਼ ਜਿਹੜੇ ਥੋੜੇ ਸ਼ਬਦਾਂ ਵਿੱਚ ਮੈਂ ਇਹੋ ਕਹਿ ਸਕਦਾ ਵੀ ਇੱਕ ਟਾਰਗੇਟ ਤੇ ਕੰਮ ਕਰਦੀ ਹੈ ਦੂਜੀ ਨਹੀਂ ਕਰਦੀ ਕਿਉਂਕਿ ਉਹ ਹੈ ਹੀ ਨਹੀਂ ਸਮਾਨ ਵਿੱਚ ਸੋ ਜਿਹੜੀਆਂ ਜਿਹੜੇ ਟਾਈਪ 2 ਵਾਲੇ ਨੇ ਉਹਨਾਂ ਦੀ ਜਿਹੜੀਆਂ ਨਾ ਜਦੋਂ ਨਹੀਂ ਟਾਈਪ 1 ਨਹੀਂ ਹੈ ਟਾਈਪ 2 ਲੈਟ ਮੀ ਫੋਕਸ ਔਨ ਟਾਈਪ 2 ਤੇ ਕਿਉਂਕਿ ਸਾਰੇ ਉਥੇ ਟਾਈਪ 2 ਵਾਲੇ ਜਿਆਦਾ ਸੋ ਉਹਦਾ ਸੀ ਕਿ ਜਦੋਂ ਬਾਡੀ ਵਿੱਚ 슈ਗਰ ਵੱਧਦੀ ਹੈ ਸੁਪੋਜ਼ ਵੀ ਨਾਰਮਲ ਤੁਹਾਨੂੰ ਜੁਰਤ ਪੈਣੀ ਹੈ ਐਕਟੀਵਿਟੀ ਵਾਸਤੇ ਤੁਰਨ ਫਿਰਨ ਵਾਸਤੇ ਗੱਲਬਾਤ ਕਰਨ ਵਾਸਤੇ ਬਾਡੀ ਦੇ ਫੰਕਸ਼ਨ ਵਾਸਤੇ ਜਦੋਂ ਤੁਹਾਡੀ ਇਨਸੂਲਿਨ ਇਨਸੂਲਿਨ ਕੰਮ ਨਹੀਂ ਕਰਦੀ ਪਈ ਤੇ 슈ਗਰ ਬਾਡੀ ਵਿੱਚ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਬਲੱਡ ਦੇ ਵਿੱਚ ਉਹ ਜਿਹੜੀ ਐਕਸੈਸਿਵ 슈ਗਰ ਹੈ ਉਹ ਜਿਹੜੇ ਸਾਡੇ ਬਾਡੀ ਤੇ ਜਿਹੜੇ ਸੈਲਸ ਨੇ ਉਹਨਾਂ ਵਿੱਚ ਵੜ ਕੇ ਤੇ ਨੁਕਸਾਨ ਕਰਦੀ ਆ। ਉਹ ਜਦੋਂ ਉਹਨਾਂ ਵਿੱਚ ਵੜ ਜਾਂਦੀ ਏ ਤੇ ਉਹ ਫਿਰ ਜਿਹੜੀ ਸਾਡੀ ਪ੍ਰੋਟੀਨ ਏ ਉਹਦੀ ਰੈੱਡ ਬਲੱਡ ਸੈੱਲ ਦੀ ਜਿਹੜੀ ਹਿਮੋਗਲੋਬਿਨ ਉਹਦੇ ਨਾਲ ਅਟੈਚਮੈਂਟ ਉਹਦੀ ਵਧਣੀ ਸ਼ੁਰੂ ਹੋ ਜਾਂਦੀ ਏ। ਇਸ ਇਸ ਜਿਹੜੀ ਗੱਲ ਦਾ ਇੱਕ ਬੜਾ ਸਵਾਲ ਆਇਆ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਹਿਮੋਗਲੋਬਿਨ A1C ਜਿਹੜਾ ਟੈਸਟ ਕਰੀਦਾ ਉਹਦੀ ਬਾਰ-ਬਾਰ ਸਾਰੇ ਗੱਲ ਕਰਦੇ ਨੇ ਉਹ ਕੀ ਹੁੰਦਾ ਸੋ ਉਹਦਾ ਮਤਲਬ ਸੀ ਕਿ ਜਿਹੜੀ ਸ਼ੂਗਰ ਹੈ ਜਦੋਂ ਜਿਹੜੀ ਗਲੂਕੋਜ਼ ਬਲੱਡ ਦੇ ਵਿੱਚ ਹੈਗੀ ਹੈ ਜਦੋਂ ਵੱਧ ਜਾਂਦੀ ਹੈ ਤੇ ਸੈੱਲ ਦੇ ਵਿੱਚ ਪਹੁੰਚ ਕੇ ਬਲੱਡ ਸੈੱਲ ਦੇ ਵਿੱਚ ਪਹੁੰਚ ਕੇ ਜਿਹੜੀ ਬਲੱਡ ਸੈੱਲ ਦੇ ਵਿੱਚ ਹਿਮੋਗਲੋਬਿਨ ਹੈ ਉਹ ਜਿਹੜੀ ਪ੍ਰੋਟੀਨ ਹੈ ਉਹਦੇ ਨਾਲ ਜੁੜ ਕੇ ਉਹਦੀ ਮਾਤਰਾ ਜਿਹੜੀ ਹੈ ਨਾ ਵਧਣੀ ਸ਼ੁਰੂ ਹੋ ਜਾਂਦੀ ਹੈ ਉਫੇ ਜਦੋਂ ਵਾਝ ਜਾਂਦੀ ਹੈ ਤੇ ਉਹ ਟੈਸਟ ਕਰਨ ਦੇ ਵਿੱਚ ਕੰਮ ਆਉਂਦੀ ਹੈ ਸਵਾਲ ਸੀ ਵੀ ਇਹ ਤਿੰਨ ਮਹੀਨੇ ਕਿਉਂ ਬਾਅਦ ਟੈਸਟ ਕਰਦੇ ਹੋ ਮਹੀਨੇ ਬਾਅਦ ਕਿਉਂ ਨਹੀਂ ਕਰਦੇ ਉਹਦਾ ਜਵਾਬ ਸੀ ਕਿ ਜਿਹੜੇ ਸਾਡੇ ਬਾਡੀ ਦੇ ਵਿੱਚ ਰੈੱਡ ਬਲੱਡ ਸਰਜਦੇ ਨੇ ਜਿਨ੍ਹਾਂ ਵਿੱਚ ਜਾ ਕੇ 슈ਗਰ ਜੁੜਦੀ ਜ਼ਿਆਦਾ ਜਿਹੜਾ ਟੈਸਟ ਕਰੀਦਾ ਉਹਨਾਂ ਦੀ 90 ਦਿਨ ਤੱਕ ਉਹਨਾਂ ਦੀ ਆਪ ਹੀ 90 ਦਿਨ ਬਾਅਦ ਬਲੱਡ ਜਿਹੜੇ ਨਾ ਰੈੱਡ ਸੈਲ ਉਬਦਲਦੇ ਨੇ ਸੋ ਇਹ ਟੈਸਟ ਯੂ ਬੜਾ ਸੋਹਣਾ ਸਵਾਲ ਸੀ ਸੋ ਇਹਦਾ ਜਵਾਬ ਹੈ ਸੈਕੰਡ ਸੀ ਕਿ ਉਹਨਾਂ ਨੇ ਕਿਹਾ ਵੀ ਜੇ ਨੈਚੁਰਲੀ ਫਿਰ ਜੇ ਹਰ ਤੀਜੇ ਮਹੀਨੇ ਬਾਅਦ ਚੈੱਕ ਕਰਨੀ ਹੈ ਥੈਟ ਮੀਨਸ ਵੀ ਸਾਲ ਦੇ ਵਿੱਚ ਚਾਰ ਵਾਰੀ ਚੈੱਕ ਕਰੋ ਫਿਰ ਨੈਕਸਟ ਉਹਨਾਂ ਦਾ ਬੜਾ ਇੱਕ ਸਿੰਪਲ ਸਵਾਲ ਸੀ ਵੀ ਜਿਹੜਾ ਕਿ ਇਹਦੇ ਨਾਲ ਹੋਰ ਕਿਹੜੇ ਟੈਸਟ ਕਰਨੇ ਫਿਰ ਕਿ ਇਹ ਦਾ ਕੋਲੇਸਟ੍ਰੋਲ ਦੇ ਅਸਰ ਪੈਂਦਾ ਫਿਰ ਉਹਨੇ ਇੱਕ ਦੋ ਸਵਾਲ ਸਨ ਵੀ ਜਿਹੜਾ ਕੋਲੇਸਟ੍ਰੋਲ ਦੀ ਕਿਹੜੀ ਟਾਈਪ ਦੀ ਕੋਲੇਸਟ੍ਰੋਲ ਤੇ ਟੋਟਲ ਕੋਲੇਸਟ੍ਰੋਲ ਕਿ ਜਿਹੜਾ ਜਿਹੜਾ ਐਲ ਡੀ ਐਲ ਉਹਦੇ ਦਾ ਅਸਰ ਪੈਂਦਾ ਕਿ ਟ੍ਰਾਈਗਲਿਸਰਾਈਡ ਤੇ ਜਾਂ ਜਿਹੜਾ ਚੰਗਾ ਕੋਲੇਸਟ੍ਰੋਲ ਉਹ ਸਾਰਾ ਐਕਸਪਲੇਨ ਕੀਤਾ ਵੀ ਟੋਟਲ ਜਿਹੜਾ ਕੋਲੇਸਟ੍ਰੋਲ ਉਹਦੇ ਤੇ ਵੀ ਅਸਰ ਪੈਂਦਾ ਜਿਹੜਾ ਤੁਹਾਡਾ ਮਾੜਾ ਕੋਲੇਸਟ੍ਰੋਲ ਹੈ ਉਹਦੇ ਤੇ ਹੀ ਅਸਰ ਪੈਂਦਾ ਜਦੋਂ ਇਹ ਦੋ ਚੀਜ਼ਾਂ ਦਾ ਕੰਬੀਨੇਸ਼ਨ ਤੁਹਾਡੇ ਬਲੱਡ ਦੇ ਵਿੱਚ ਸਰਕੂਲੇਟ ਕਰਦਾ ਪਿਆ ਤੇ ਉਹ ਨਾੜੀਆਂ ਨੂੰ ਉਹ ਵੀ ਨੁਕਸਾਨ ਕਰਦਾ ਤੇ ਜੇ ਨਾਲ ਸ਼ੂਗਰ ਹੈ ਤੇ ਹੋਰ ਨੁਕਸਾਨ ਹੋਣਾ ਜੀ ਜੀ ਫਿਰ ਨੈਕਸਟ ਉਹਨਾਂ ਦਾ ਇੱਕ ਸਵਾਲ ਸੀ ਕਮੈਂਟ ਕਿ ਜਿਹੜਾ ਨਾ ਗੁਰਦਿਆਂ ਦੇ ਕਿਸ ਤਰ੍ਹਾਂ ਅਸਰ ਕਰਦਾ ਕਿ ਇੱਕ ਸਵਾਲ ਸੀ ਵੀ ਮੈਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਮੇਰੀ ਪਿਸ਼ਾਬ ਦੇ ਵਿੱਚ ਪ੍ਰੋਬਲਮ ਹੈ ਜਾਂ ਸਿੰਟਮ ਕੀ ਹੋ ਸਕਦੇ ਆ ਕੀ ਹੋ ਸਕਦੇ ਨੇ ਤੇ ਜਦੋਂ ਜਾਈਦਾ ਡਾਕਟਰ ਕੋਲ ਉਹਨਾਂ ਨੇ ਕਿਹਾ ਵੀ ਤੁਹਾਡੀ ਸਾਡੇ ਬਲੱਡ ਪਿਸ਼ਾਬ ਵਿੱਚ ਪ੍ਰੋਟੀਨ ਆਈ ਉਹਦਾ ਕੀ ਮਤਲਬ ਹੈ ਉਹਦਾ ਇਹ ਕਿ ਜਿਹੜਾ ਸਾਡੇ ਬਾਡੀ ਦੇ ਵਿੱਚ ਜਿਹੜਾ ਸਾਡਾ ਖੂਨ ਹੈ ਸਾਰਾ ਉਹ ਆਪਣੇ ਇਹਦੇ ਵਿੱਚੋਂ ਹਾਰਟ ਦੇ ਰਸਤੇ ਸਾਰੀਆਂ ਨਾੜੀਆਂ ਵਿੱਚ ਜਾ ਕੇ ਤੇ ਜਿਹੜੇ ਸਾਡੇ ਗੁਰਦੇ ਨੇ ਉਹ ਮਸ਼ੀਨ ਹੈ ਪੂਰੀ ਜਿਹੜਾ ਫਿਲਟਰ ਕਰਦੀ ਚੰਗੀਆਂ ਚੀਜ਼ਾਂ ਸਾਂਭ ਲੈਂਦੀ ਹੈ ਮਾੜੀਆਂ ਚੀਜ਼ਾਂ ਬਾਹਰ ਕੱਢ ਦਿੰਦੀ ਉਹ ਜਿਹੜਾ ਨਾਰਮਲੀ ਜਿਹੜੀ ਪ੍ਰੋਟੀਨ ਹੈ ਨਾ ਉਹ ਪ੍ਰੈਜ਼ੈਂਟ ਨਹੀਂ ਹੁੰਦੀ ਪਰ ਜਦੋਂ ਲੰਬੇ ਸਮੇਂ ਵਾਸਤੇ 슈ਗਰ ਦੇ ਕਰਕੇ ਜਿਹੜਾ ਕਿਡਨੀ ਦੇ ਜਿਹੜੇ ਫਿਲ ਜਿਹੜੇ ਉਹਦੇ ਛੋਟੇ ਛੋਟੇ ਸੈੱਲ ਨੇ ਉਹਨਾਂ ਦੇ ਜਦੋਂ ਨੁਕਸਾਨ ਹੁੰਦਾ ਤੇ ਜਿਹੜੀ ਤੁਹਾਡੀ ਪ੍ਰੋਟੀਨ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਜਿਹੜਾ ਡਾਕਟਰ ਤੁਹਾਨੂੰ ਕਹਿੰਦਾ ਵੀ ਤੁਹਾਡੀ ਪਿਸ਼ਾਬ ਦੇ ਵਿੱਚ ਪ੍ਰੋਟੀਨ ਹੈ ਫਿਰ ਫਿਰ ਨੈਕਸਟ ਕੀ ਉਹਨਾਂ ਨੇ ਕਿਹਾ ਸਿੰਪਟਮ ਕੋਈ ਨਹੀਂ ਸਾਨੂੰ ਇਹੋ ਤੇ ਪ੍ਰੋਬਲਮ ਹੈ ਵੀ ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਜਦੋਂ ਤੁਹਾਨੂੰ ਤੁਹਾਡੇ ਡਾਕਟਰ ਨੇ ਕਿਹਾ ਤਾਂ ਵੀ ਤੁਹਾਨੂੰ ਪ੍ਰੋਟੀਨ ਹੈਗੀ ਹੈ ਤੁਹਾਨੂੰ ਚਾਹੀਦਾ ਵੀ ਜਾ ਕੇ ਡਾਕਟਰ ਕੋਲੋਂ ਬਾਕੀ ਟੈਸਟ ਕਰਾਓ ਕਿडनी ਦੇ ਦੋ ਟੈਸਟਾਂ ਬਾਰੇ ਗੱਲ ਕੀਤੀ ਸੀ ਅਸੀਂ ਉਹਨਾਂ ਨੇ ਦੱਸਿਆ ਕਿ ਕਾਮਨ ਜਿਹੜਾ ਵਰਡਿੰਗ ਹੈਗੀ ਉਹਦੀ ایਜੀਐਫਆਰ ਜਿਹੜਾ ਦਾ ਫਿਲਟਰੇਸ਼ਨ ਰੇਟ ਤੇ ਜਿਹੜੀ ਕਰੈਟਨਿਨ ਲੈਵਲ ਹੈ ਉਹ ਦੋਨਾਂ ਨੂੰ ਚੈੱਕ ਕਰਾਉਣਾ ਬੜਾ ਜ਼ਰੂਰੀ ਹੈ ਉਹ ਤੁਹਾਡੇ ਡਾਕਟਰ ਤੋਂ ਜਦੋਂ ਜਾਓਗੇ ਉਹ ਤੁਸੀਂ ਉਸ ਚੀਜ਼ ਬਾਰੇ ਪਤਾ ਕਰੋ ਉਹ ਹਰ ਸਾਲ ਦੇ ਵਿੱਚ ਜੇ ਤੁਹਾਡਾ ਨਾਰਮਲ ਪਿਸ਼ਾਬ ਦੇ ਵਿੱਚ ਪ੍ਰੋਟੀਨ ਨਹੀਂ ਆਉਂਦਾ ਤੇ ਫਿਰ ਬੇਸ਼ੱਕ ਇੱਕ ਦਿਵਾਰੀ ਚੱਕ ਸਾਲ ਚ ਕਰਾ ਲਓ ਜੇ ਪ੍ਰੋਟੀਨ ਆ ਰਿਹਾ ਤੇ ਕਿੰਨੀ ਫੰਕਸ਼ਨ ਤੁਹਾਡਾ ਜੀਐਫਆਰ ਬਾਰਡਰ ਲਾਈਨ ਹੈ ਤੇ ਫਿਰ ਤੁਹਾਨੂੰ ਚਾਹੀਦਾ ਵੀ ਤੁਸੀਂ ਸਾਲ ਦੇ ਵਿੱਚ ਦੋ ਵਾਰੀ ਜ਼ਰੂਰ ਆਪਣੇ ਕਿਡਨੀ ਦਾ ਟੈਸਟ ਕਰਾਓ ਇਹ ਇਹ ਰਿਲੇਟਡ ਡਾਇਬੀਟੀਜ਼ ਨਾਲ ਹੈ ਐਬਸੋਲੂਟਲੀ ਫਿਰ ਇਹ ਹੁੰਦਾ ਕਿ ਸਾਰੇ ਨੇ ਕਿਹਾ ਵੀ ਫਿਰ ਤੁਸੀਂ ਕਈ ਡਾਕਟਰ ਹੁੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਜੀ ਕਿਡਨੀ ਦਾ ਥੋੜੀ ਬਥੀ ਪ੍ਰੋਬਲਮ ਹੈ ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਪ੍ਰੋਬਲਮ ਤੇ ਥੋੜੀ ਬੋਤੀ ਹੈ ਪਰ ਹਰ ਪ੍ਰੋਬਲਮ ਥੋੜੀ ਬੋਤੀ ਤੋਂ ਸ਼ੁਰੂ ਹੁੰਦੀ ਹੈ ਕਿ ਜਿਹੜੀ ਇਹ ਜਦੋਂ ਵੱਧ ਹੀ ਜਾਂਦੀ ਹੈ ਤੁਹਾਨੂੰ ਕਿਡਨੀਆਂ ਦਾ ਨੁਕਸਾਨ ਹੋਣਾ ਉਹਦੇ ਵਿੱਚੋਂ ਇੱਕ ਸਵਾਲ ਸੀ ਕਿ ਜੇ ਤੁਸੀਂ ਸਪੋਜ਼ ਕਿ ਇੱਕ ਅਬਜ਼ਰਵੇਸ਼ਨ ਸੀ ਕਿ ਸਰਦੀ ਉਹਨਾਂ ਨੇ ਪ੍ਰਾਈਵੇਟਲੀ ਗੱਲ ਕੀਤੀ ਕਿ ਜਦੋਂ ਜਾਈ ਦਾ ਡਾਕਟਰ ਕੋਲ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੀ ਕਿਡਨੀ ਦੇ ਟੈਸਟ ਕੀਤੇ ਨੇ ਤੁਹਾਨੂੰ ਮੈਂ ਕਿਡਨੀ ਸਪੈਸ਼ਲਿਸਟ ਕੋ ਭੇਜਣਾ ਉਹ ਕਹਿੰਦੇ ਵੀ ਜਦੋਂ ਜਾਈ ਦਾ ਕਿਡਨੀ ਸਪੈਸ਼ਲਿਸਟ ਕੋਲ ਉਹਨੇ ਵੀ ਗੱਲਬਾਤ ਕਰਕੇ ਉਹ ਵੀ ਭੇਜ ਦਿੰਦਾ ਘਰ ਨੂੰ ਵਾਪਸ ਫਿਰ ਮਤਲਬ ਕੀ ਜਾਣਦਾ ਮੈਂ ਕਿਹਾ ਵੀ ਮਤਲਬ ਇਹ ਕਿ ਜਦੋਂ ਤੁਹਾਡੀ ਕਿਡਨੀ ਟੈਸਟ ਸਪੋਜ਼ ਵੀ ਤੁਹਾਡੀ ਕਿਡਨੀ ਦਾ ਫੰਕਸ਼ਨ ਖਰਾਬ ਹੋਣੀ ਸ਼ੁਰੂ ਹੋ ਗਏ ਉਹਦੀਆਂ ਸਟੇजेस ਨੇ 1 ਤੋਂ ਲੈ ਕੇ 6 ਸਟੇਜ ਤੱਕ ਜੀ ਉਹਦੇ ਵਿੱਚ ਘਰ ਤੁਹਾਨੂੰ ਫਾਲੋ ਅਪ ਕਰਨਾ ਪੈਂਦਾ ਨਾਰਮਲੀ ਜਿਹੜਾ ਨਾ ਉਹਨਾਂ ਨੇ ਕਿਡਨੀ ਸਪੈਸ਼ਲਿਸਟ ਨੇ ਕਹਿਣਾ ਆਪਣੇ ਡਾਕਟਰ ਨਾਲ ਫਾਲੋ ਕਰੋ ਮੇਰੇ ਕੋਲ ਸਾਲ ਜੇ ਇੱਕ ਵਾਰੀ ਆ ਜਾ ਕਰੋ ਉਹ ਤੁਹਾਨੂੰ ਇਨਸਟਰਕਸ਼ਨਾਂ ਦੇਣਗੇ ਵੀ ਤੁਹਾਨੂੰ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੇ ਕੋਈ ਨਹੀਂ ਕੋਈ ਮੈਡੀਸਿਨ ਤੇ ਨਹੀਂ ਖਾਰੇ ਨਾਲ ਜਾਂ ਜਿਹੜੀਆਂ ਆਪਾਂ ਪੇਨ ਕਿਲਰ ਖਾਣੇ ਆ ਖਾਸ ਕਰਕੇ ਜਿਹੜੀਆਂ ਆਈਬੂਪਰੋਫਨ ਨੇ ਜਾਂ ਜਿਹੜੀ ਐਨਸੈਡਸ ਨੇ ਉਹ ਜਿਹੜੀਆਂ ਸਾਡੀ ਕਿਡਨੀ ਨੂੰ ਨੁਕਸਾਨ ਕਰਦੀਆਂ ਸੋ ਜੇ ਤੁਹਾਨੂੰ ਕਿਡਨੀ ਦੇ ਫੰਕਸ਼ਨ ਵਿੱਚ ਪ੍ਰੋਬਲਮ ਹੈਗੀ ਹੈ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਨਾਲ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ ਇਹ ਜਿਹੜੇ ਤਿੰਨੋਂ ਕੰਬੀਨੇਸ਼ਨ ਨੇ ਨਾਲ ਇਹ ਨੁਕਸਾਨ ਕਰਦੇ ਨੇ ਸੋ ਉਹ ਇਹਦਾ ਜਵਾਬ ਇਹ ਕਿ ਇੱਕ ਸ਼ਬਦ ਦੇ ਵਿੱਚ ਵੀ ਜਿਹੜਾ ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਵੀ ਕਿਡਨੀ ਦੀ ਇਸ਼ੂ ਹੈਗਾ ਉਹਨੂੰ ਫਾਲੋ ਕਰੋ ਉਸ ਤੋਂ ਇਲਾਵਾ ਜਿਹੜਾ ਇੱਕ ਸਵਾਲ ਆਇਆ ਸੀ ਕਿ ਇਹ ਜਿਹੜੀ ਜਿਹੜੀ ਸ਼ੂਗਰ ਹੈ ਤੇ ਲੱਤ ਕਿਸੇ ਕਿਸੇ ਨੂੰ ਆਉਂਦਾ ਵੀ ਇੱਕ ਉੱਥੇ ਸਾਡੇ ਨਰਸ ਪ੍ਰੈਕਟੀਸ਼ਨਰ ਸਨ ਉਹਨਾਂ ਨੇ ਐਕਸਪਲੇਨ ਕੀਤਾ ਵੀ ਜਦੋਂ ਕਈ ਵਾਰੀ ਲੋਕ ਕਹਿੰਦੇ ਨੇ ਮੇਰੇ ਪੈਰ ਮੇਰੇ ਪੈਰ ਸੁੰਨ ਹੋ ਗਏ ਪੈਰਾਂ ਤੇ ਮੈਨੂੰ ਸੋਜ ਆ ਗਈ ਤੇ ਉਹਨਾਂ ਨੂੰ ਜਦੋਂ ਚੈੱਕ ਕਰਦੇ ਨੇ ਤੇ ਉਹ ਸਰਕੂਲੇਸ਼ਨ ਦਾ ਡੈਫੀਨਿਟਲੀ ਫਰਕ ਪੈਂਦਾ ਹੈ ਕਿ ਜਿਹੜੀ ਲੰਬੇ ਸਮੇਂ ਦੀ 슈ਗਰ ਹੈ ਉਹਨੇ ਨੁਕਸਾਨ ਕੱਲਾ ਤੁਹਾਡਾ ਕਿਡਨੀ ਤੇ ਨਹੀਂ ਕਰਨਾ ਹਾਰਟ ਤੇ ਨਹੀਂ ਕਰਨਾ ਜਿੱਥੇ ਜਿੱਥੇ ਬਲੱਡ ਸਪਲਾਈ ਜਾਂਦੀ ਹੈ ਉੱਥੇ ਨੁਕਸਾਨ ਹੋਣਾ ਸਮਝ ਲਓ ਵੀ ਤੁਹਾਡੇ ਨੋਹਾਂ ਤੋਂ ਲੈ ਕੇ ਤੁਹਾਡੇ ਵਾਲਾਂ ਤੱਕ ਕੋਈ ਹਿੱਸਾ ਨਹੀਂ ਜਿਹੜਾ ਨਹੀਂ ਵੱਜਦਾ ਸੋ ਉਹਨਾਂ ਨੂੰ ਇਹ ਸਮਝਾਇਆ ਵੀ ਉਹ ਤੁਸੀਂ ਜਾ ਕੇ ਇੱਕ ਦਿਨ ਇੱਕ ਦਿਨ ਠੀਕ ਨਾ ਇੱਕ ਦਿਨ ਨਾ ਠੀਕ ਨਹੀਂ ਹੋਣਾ ਸੋ ਜਦੋਂ ਤੁਸੀਂ ਆਪਣੇ ਪੈਰਾਂ ਨੂੰ ਜਾ ਕੇ ਨਾ ਕੇ ਸਾਫ ਕਰ ਦਿਓ ਉਹਨੂੰ ਸਕਾਉ ਪੂਰਾ ਪ੍ਰੋਪਰ ਤਰੀਕੇ ਨਾਲ ਤੇ ਜਿਹੜੇ ਤੁਹਾਡੇ ਸ਼ੂਜ਼ ਨੇ ਉਹਨਾਂ ਦਾ ਪ੍ਰੋਪਰ ਹੋਣਾ ਬੜਾ ਜ਼ਰੂਰੀ ਹੈ ਇੱਕ ਉਥੋਂ ਸਵਾਲ ਸੀ ਉਹਨਾਂ ਨੇ ਸਵਾਲ ਨਹੀਂ ਸੀ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਵਾਰੀ ਅਸੀਂ ਨਾ ਸਾਰੀਆਂ ਚੀਜ਼ਾਂ ਦੇ ਪੈਸੇ ਖਰਚ ਕਰਦੇ ਹਾਂ ਪਰ ਜਿਹੜੇ ਸ਼ੂਜ਼ ਨੇ ਉਹ ਕਿਵਾਰੀ ਪ੍ਰੋਪਰ ਨਹੀਂ ਲੰਦੇ ਸੋ ਸ਼ੂਜ਼ ਬਾਰੇ ਕਰੋ ਫਿਰ ਉਸ ਤੋਂ ਇਲਾਵਾ ਜਿਹੜਾ ਨੈਕਸ ਸੀ ਵੀ ਜਿਹੜਾ ਸਵਾਲ ਸੀ ਵੀ ਜਿਹੜਾ ਜਿਹੜੀ ਚੈੱਕ ਅਪ ਹੁੰਦਾ ਜਿਹੜਾ ਡਾਇਟ ਬਾਰੇ ਗੱਲ ਕਰਨੀ ਹੁੰਦੀ ਹੈ ਜਾਂ ਜਿਹੜੀਆਂ ਗਲੂਕੋਮੀਟਰ ਸਟ੍ਰਿਪਸ ਨੇ ਇਹਦੀ ਕਵਰੇਜ ਕਿੰਨੋ ਹੁੰਦੀ ਹੈ ਕਿਉਂ ਨਹੀਂ ਹੁੰਦੀ ਸੋ ਆਪਣੇ ਡਾਕਟਰ ਨੂੰ ਕਹਿ ਕੇ ਤੁਸੀਂ ਜਿਹੜੀਆਂ ਹੈਲਥ ਕਲੀਨਿਕ ਨੇ ਫ੍ਰੀਜ਼ਰ ਹੈਲਥ ਦੇ ਵਿੱਚ ਉਹਨਾਂ ਕੋਲ ਅਪਾਇੰਟਮੈਂਟ ਬਣਾਓ ਉਹਨਾਂ ਕੋ ਚੈੱਕ ਕਰਾਓ ਉਹਨਾਂ ਕੋ ਸਰਟੀਫਿਕੇਟ ਲੈ ਕੇ ਆਪਣੀ ਕਵਰੇਜ ਕਰਾਓ ਇੱਕ ਸਵਾਲ ਏ ਸੀ ਇੱਕ ਜਿਹੜਾ ਹੋਰ ਕਾਮਨ ਜਿਹੜਾ ਸਵਾਲ ਸੀ ਕਿ ਕਿ ਜਿਹੜੀਆਂ ਮੈਡੀਸਿਨਸ ਬਾਰੇ ਮੈਡੀਕੀਸ਼ਨਸ ਗੇਡੀਆਂ ਬਹੁਤ ਜ਼ਿਆਦਾ ਸਵਾਲ ਹਨ ਐਕਚੁਅਲੀ ਨਾ ਕਿਉਂਕਿ ਉਹ ਇੰਨੇ ਸਵਾਲ ਸੀ ਉਹ ਜਿਹੜੇ ਸਾਡੇ ਕਲੈਕਸ਼ਨ ਕਰਨ ਵਾਲੇ ਸੀ ਸਵਾਲ ਉਹਨਾਂ ਨੇ ਤਬਾ ਉਹਨਾਂ ਕੋ ਇਕੱਠਾ ਹੋ ਗਿਆ ਸੀ ਅਸੀਂਗਾ ਬਾਅਦ ਤੁਹਾਨੂੰ ਦੱਸਾਂਗੇ ਡਾਕਟਰ ਸਾਹਿਬ ਇਹ ਵੀ ਪੁੱਛਿਆ ਹੋਣਾ ਗਿਆ ਨੇ ਕਿ ਬੈਸਟ ਟੈਸਟ ਕਿਹੜੇ ਹੋ ਸਕਦੇ ਹੈਗੇ ਕਿਉਂਕਿ ਟੈਸਟ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਬੈਸਟ ਟੈਸਟ ਹੁੰਦੇ ਆ ਦੇਖੋ ਜਿਹੜਾ ਸਭ ਤੋਂ ਬੈਸਟ ਟੈਸਟ ਹੈ ਉਹ ਹੈਗਾ ਵੀ ਜਦੋਂ ਤੁਹਾਨੂੰ ਸ਼ੂਗਰ ਦੇ ਸਿੰਪਟਮ ਹੋਣੇ ਤੁਹਾਨੂੰ ਪਿਆਸ ਜ਼ਿਆਦਾ ਲੱਗਦੀ ਹੈ ਰਾਤੀ ਉੱਠਣਾ ਪੈਂਦਾ ਜਾਂ ਤੁਸੀਂ ਬਾਰ-ਬਾਰ ਪਾਣੀ ਪੀ ਰਹੇ ਹੋ ਜਾਂ ਤੁਹਾਡਾ ਭੁੱਖ 'ਚ ਫਰਕ ਪੈ ਗਿਆ ਭਾਰ ਵੱਧ ਗਿਆ ਘਟ ਗਿਆ ਮੂਰ ਤੁਹਾਡਾ ਖਰਾਬ ਹੋ ਗਿਆ ਪੈਰ ਸੋਨ ਸ਼ੁਰੂ ਹੋ ਗਿਆ ਅੱਖਾਂ ਤੇ ਅਸਰ ਪੈਣਾ ਸ਼ੁਰੂ ਹੋ ਗਿਆ ਤੇ ਟੈਸਟ ਜਿਹੜਾ ਨੂੰ ਤੁਹਾਨੂੰ ਫਾਸਟਿੰਗ 슈ਗਰ ਕਰਾਉਣਾ ਪੈਣਾ 5.5 ਤੋਂ 8 5.8 ਤੱਕ ਜੇ ਤੁਹਾਡੀ ਇਹ ਫਾਸਟਿੰਗ 슈ਗਰ ਹੈ ਪਰ ਜਿਹੜੀ ਤੁਹਾਡੀ ਰੈਂਡਮ 슈ਗਰ 10 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਅੱਜ ਕੱਲ ਜਿਹੜਾ weight ਕਰਨ ਦੀ ਜ਼ਰੂਰਤ ਕੋਈ ਨਹੀਂ ਵੀ ਫਾਸਟਿੰਗ ਹੀ ਕਰਾਣਾ ਜਿਹੜਾ ਹੀਮੋਗਲੋਬਿਨ A1C ਉਹ ਚੈੱਕ ਕਰਾ ਲਓ ਉਹ ਉਹਦਾ ਉਹ ਬੜਾ ਕਿ ਇੰਪੋਰਟੈਂਟ ਟੈਸਟ ਏ ਸੋ ਜਿਹੜੀ ਸਾਰੀਆਂ ਗੱਲਾਂ ਉਥੇ ਕੀਤੀਆਂ ਸਾਰੀਆਂ ਐਵਿਡੈਂਸ ਬੇਸਡ ਨੇ ਜੋ ਵੀ ਆਪਣੇ ਜੋ ਵੀ ਹੈਲਥ ਕੈਨੇਡਾ ਜਾਂ ਕੈਨੇਡੀਅਨ ਡਾਇਬੀਟਿਕ ਐਸੋਸੀਏਸ਼ਨ ਜਾਂ ਜੋ ਅਸੀਂ ਆਪਣੇ ਪ੍ਰੈਕਟਿਸ ਵਿੱਚ ਕਰਨੇ ਆ ਉਹਦੇ ਬੇਸਡ ਗੱਲਾਂ ਕੀਤੀਆਂ ਸੀ ਸੋ ਉਹਦਾ ਤੁਸੀਂ ਪੁੱਛਿਆ ਟੈਸਟ ਬਾਰੇ ਟੈਸਟ ਵਿੱਚ ਹੀਮੋਗਲੋਬਿਨ A1C fasting sugar ਤੇ ਕੇ ਵਾਰੀ ਜਿਹੜੀਆਂ प्रेग्नेंट ਔਰਤਾਂ ਨੇ ਉਹਨਾਂ ਨੂੰ 2 ਘੰਟੇ ਬਾਅਦ ਸ਼ੂਗਰ ਦੇ ਕੇ ਵੀ ਟੈਸਟ ਹੁੰਦਾ ਸੋ ਉਹ ਵੀ ਉਹਦੇ ਬਾਰੇ ਵੀ ਗੱਲ ਕੀਤੀ ਫਿਰ ਇੱਕ ਸਵਾਲ ਸੀ ਵੀ ਅੱਖਾਂ ਬਾਰੇ ਉੱਥੇ ਅੱਖਾਂ ਬਾਰੇ ਵੀ ਲੋਕਾਂ ਨੇ ਪੁੱਛਿਆ ਵੀ ਜਿਹੜੀਆਂ ਅੱਖਾਂ ਦੀ ਜਿਹੜੀ ਕੀ ਅਸਰ ਪੈਂਦਾ ਜਿਸ ਤਰ੍ਹਾਂ ਬਾਡੀ ਦੇ ਬਾਕੀ ਸੈਵ ਵਿੱਚ ਅਸਰ ਪੈਂਦਾ ਉਸ ਤਰ੍ਹਾਂ ਅੱਖਾਂ ਦੇ ਵੀ ਅਸਰ ਪੈਂਦਾ ਤੁਹਾਡੀ ਰੈਟਨਾ ਦੇ ਪੈਂਦਾ ਤੁਹਾਡੀ ਤੁਹਾਡੇ ਵਿਜ਼ਨ ਤੇ ਪੈਂਦਾ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਸਿਗਨਲ ਆਉਂਦੇ ਤੁਹਾਡੇ ਕੋਲ ਕੇ ਤੁਹਾਨੂੰ ਕਤੋਂ ਦੇ ਲੱਦਸਤਾ ਪਰ ਟੋਂ ਚੰਗੀ ਤਰ੍ਹਾਂ ਫੋਕਸ ਨਹੀਂ ਹੁੰਦੇ ਸੋ ਇਹ ਵੀ ਗੱਲਾਂ ਸਾਰਿਆਂ ਦੇ ਸਾਰਿਆਂ ਵਾਸਤੇ ਇੰਪੋਰਟੈਂਟ ਸਨ ਕਿ ਕੀ ਕਰਨਾ ਚਾਹੀਦਾ ਪਹਿਲੀ ਗੱਲ ਤੇ ਵੀ ਪ੍ਰਾਇਮਰੀ ਗੱਲ ਸੀ ਵੀ ਤੁਸੀਂ ਆਪਣੀ ਸ਼ੂਗਰ ਦਾ ਕੰਟਰੋਲ ਕਰੋ ਨੰਬਰ 1 ਸੈਕੰਡ ਵਨ ਇਹ ਕਿ ਮੈਡੀਸਿਨ ਲੈਂਦਿਆਂ ਹੋયા ਵੀ ਪੂਰੀ ਸ਼ੂਗਰ ਕੰਟਰੋਲ ਤੁਹਾਡੀ ਜੇ ਹੈ ਵੀ ਫਿਰ ਵੀ ਤੁਸੀਂ ਜਾ ਕੇ ਅੱਖਾਂ ਦੇ ਡਾਕਟਰ ਨੂੰ ਸਾਲ 'ਚ ਐਟਲੀਸਟ ਦੋ ਵਾਰੀ ਵੇਖੋ ਉਹ ਜਿਹੜੇ ਅੱਖਾਂ ਦੇ ਡਾਕਟਰ ਨੇ ਉਹ ਜਿਹੜੀ ਕਵਰੇਜ ਹੈਗੀ ਉਹ ਐਮਐਸਪੀ ਕਰਦੀ ਜੀ ਉਹ ਬੇਸਿਕ ਕਵਰੇਜ ਹੁੰਦੀ ਹੈ ਉਹ ਤੁਸੀਂ ਜਾ ਕੇ ਜੇ ਤੁਹਾਨੂੰ ਕੋਈ ਚਾਰਜ ਕਰਦਾ ਪਿਆ ਤੇ ਉਹ ਤੁਸੀਂ ਜਿੱਥੋਂ ਤੁਹਾਨੂੰ ਕਵਰੇਜ ਮਿਲਦੀ ਹੈ ਉੱਥੇ ਜਾਓ ਕਿਉਂਕਿ ਇਹ ਇਹ ਠੀਕ ਨਹੀਂ ਆਗਾ ਕਿ ਕਈ ਕਈਆਂ ਲੋਕਾਂ ਕੋ ਪੈਸੇ ਨਹੀਂ ਆਗੇ ਤੁਸੀਂ ਤੁਸੀਂ ਪੈਸੇ ਨਹੀਂ ਫਾਰਤੋ ਨਹੀਂ ਚਾਰਜ ਕਰ ਸਕਦੇ ਸੋ ਇੱਕ ਦੇ ਹੈਗਾ ਉਹਨਾਂ ਕਵਰੇਜ ਬਾਰੇ ਪੁੱਛਿਆ ਵੀ ਟੈਸਟ ਕੋ ਤੋਂ ਕਰਾਉਣਾ ਸੇ ਇਹ ਵੀ ਗੱਲ ਹੋ ਗਈ ਉਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਸੀ ਲੋਕਾਂ ਨੇ ਡਾਈਟ ਬਾਰੇ ਬੜੇ ਸਵਾਲ ਕੀਤੇ ਡਾਈਟ ਬਾਰੇ ਬੜੀ ਐਕਸਪਲੇਨੇਸ਼ਨ ਸਾਰੀ ਜਿਹੜੀ ਸੀ ਨਾ ਬੜੀ ਸੋਹਣੀ ਪ੍ਰੋਵਾਈਡ ਕੀਤੀ ਗਈ ਉੱਥੇ ਜੀ ਸਾਡੇ ਪ੍ਰੈਜ਼ੈਂਟਰ ਵੱਲੋਂ ਹਾਂ ਹਾਂ ਤੇ ਜਿਹੜੀ ਉਹ ਡਾਈਟ ਦੇ ਵਿੱਚੋਂ ਸਾਰੀਆਂ ਚੀਜ਼ਾਂ ਤੋਂ ਮੇਨ ਚੀਜ਼ ਆਈ ਕਿ ਕਿਨਾ ਕੁ ਖਾਣਾ ਕਦੋਂ ਖਾਣਾ ਤੇ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਜਿੰਨੀਆਂ ਸਾਡੀਆਂ ਵੈਜੀਟੇਬਲਸ ਨੇ ਉਹ ਸਾਰੀਆਂ ਠੀਕ ਨੇ ਉਹਨੋਂ ਬਾਕੀ ਜਿਹੜੀਆਂ ਨਾ ਜਿਹੜੇ ਫਰੂਟਸ ਨੇ ਬਹੁਤ ਲੋਕਾਂ ਨੂੰ ਭਲੇ ਕਹੇ ਕਿ ਜਿਹੜੇ ਸਾਡੇ ਆਂਬ ਹੋ ਗਿਆ ਮੰਗੋ ਜਾਂ ਬਾਕੀ ਨੇ ਇਹ ਠੀਕ ਨਹੀਂ ਉਹ ਬਿਲਕੁਲ ਗਲਤ ਲੋਕਾਂ ਦੀ ਆਪਣੀ ਉਹ ਆਪਣੀ ਸੋਚ ਦੇ ਵਿੱਚ ਉਹ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜਾ ਤੁਹਾਡਾ ਕੁਆਂਟੀਟੀ ਹੈ ਮੇਰੇ ਹਿਸਾਬ ਨਾਲ ਜਿੰਨਾ ਤੁਹਾਡੀ ਮੁਠੀ ਚ ਆਉਂਦਾ ਉਹਨਾਂ ਨੂੰ ਖਾਓ ਤਿੰਨ ਚਾਰ ਵਾਰੀ ਜ਼ਿਆਦਾ ਖਾਣ ਦੀ ਕੋਈ ਜ਼ਰੂਰਤ ਨਹੀਂ ਕਿ ਫੂਡ ਖਾਈ ਜਾਣਾ ਜਿੰਨਾ ਕੋ ਤੁਹਾਡੀ ਬਾਡੀ ਨੂੰ એનર્ਜੀ ਦੀ ਜ਼ਰੂਰਤ ਹੈ ਸੋ ਜਿਹੜੀਆਂ ਸਾਰੇ ਸਿਰਫ ਵਾਟਰਮੈਲਨ ਨੂੰ ਛੱਡ ਕੇ ਬਾਕੀ ਜਿਹੜੇ ਨਾ ਫਰੂਟਸ ਸਾਰੇ ਉਹ ਤੁਹਾਡੀ ਬਾਡੀ ਵਿੱਚ ਜਿਹੜਾ ਤੁਹਾਡਾ ਸ਼ੂਗਰ ਹੈ ਨਾ ਉਹਨੂੰ ਕਹਿੰਦੇ ਆਪਾਂ ਗਲਾਈਸੈਮਿਕ ਇੰਡੈਕਸ ਕਿ ਜਦੋਂ ਤੁਸੀਂ ਕੋਈ ਚੀਜ਼ ਖਾਣੀ ਹੈ ਨੋਟ ਕੀਤਾ ਨਾ ਕਿ ਇਹਨੂੰ ਖਾ ਕੇ ਇੱਕਦਮ ਨੀਂਦ ਆਣੀ ਸ਼ੁਰੂ ਸੋ ਨੀਂਦ ਕਿਉਂ ਆਉਂਦੀ ਹੈ ਤੁਹਾਡੀ ਬਾਡੀ ਵਿੱਚ ਸ਼ੂਗਰ ਵੱਜ ਜਾਂਦਾ ਤੁਹਾਨੂੰ ਉਹਦੇ ਨਾਲ ਤਰਾਉ ਜਿੰਨਾ ਸੋਣੀ ਸ਼ੁਰੂ ਹੋ ਜਾਂਦੀ ਹੈ ਥੱਕ ਜਾਂਦੇ ਹੋ ਸੋ ਇਹਨਾਂ ਚੀਜ਼ਾਂ ਦਾ ਵਿਚਾਰ ਰੱਖੋ ਹੌਲੀ ਹੌਲੀ ਕਾ ਟਾਈਮ ਦੇ ਕੇ ਖਾਣਾ ਤੁਸੀਂ ਸੋ ਡਾਈਟ ਬਾਰੇ ਗੱਲ ਹੋਈ ਫਿਰ ਮੈਡੀਸਨ ਬਾਰੇ ਫਾਰਮਾਸਿਸਟ ਨੇ ਪੂਰਾ ਐਕਸਪਲੇਨ ਕੀਤਾ ਵੀ ਦਵਾਈ ਤੁਹਾਡੀ ਕਿਉਂ ਕੰਮ ਕਿਸ ਤਰ੍ਹਾਂ ਕੰਮ ਕਰਦੀ ਏ ਕਿਹੜੀ ਕਿਹੜੀ ਦਵਾਈ ਤੁਹਾਨੂੰ ਚਾਹੀਦੀ ਹੈ ਸੋ ਉਹਦੇ ਵਿੱਚੋਂ ਇੱਕ ਗੱਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜਦੋਂ ਜਾਂਦੇ ਹੋ ਫਾਰਮਾਸਿਸਟ ਕੋਲ ਜਦੋਂ ਤੁਹਾਨੂੰ ਸ਼ੂਗਰ ਦੀ ਮੈਡੀਸਨ ਲਿਖ ਕੇ ਦਿੱਤੀ ਉਹ ਤੁਹਾਨੂੰ ਚਾਹੀਦਾ ਵੀ ਆਪਣੇ ਡਾਕਟਰ ਨਾਲ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਇਹਦੇ ਸਾਈਡ ਇਫੈਕਟ ਕੀ ਨੇ ਕੋਈ ਦੀ ਕੰਟਰਡਿਕਸ਼ਨ ਤੇ ਨਹੀਂ ਹੈਗੀ ਕੋਈ ਨੁਕਸਾਨ ਤੇ ਨਹੀਂ ਹੋ ਸਕਦਾ ਕਦੋਂ ਖਾਣੀ ਚਾਹੀਦੀ ਹੈ ਕਦੋਂ ਨਹੀਂ ਖਾਣੀ ਚਾਹੀਦੀ ਇਹ ਰੱਬ ਸਭ ਨਾਰਮਲ ਇੰਜੈਕਸ਼ਨਸ ਦੇ ਬਾਰੇ ਵੀ ਦੱਸ ਦਿਓ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇੰਜੈਕਸ਼ਨ ਵੀ ਲਾਉਣੇ ਪੈਂਦੇ ਜਿਹੜਾ ਜਿਹੜੇ ਇਨਸੂਲਿਨ ਦੇ ਇੰਜੈਕਸ਼ਨ ਨੇ ਉਹਦੇ ਬਾਰੇ ਉਹਨਾਂ ਨੇ ਐਕਸਪਲੇਨ ਕੀਤਾ ਵੀ ਕਦੋਂ ਲਾਣਾ ਚਾਹੀਦਾ ਕਿਉਂ ਜ਼ਰੂਰ ਤੇ ਤੇ ਉਹਦੇ ਵਾਸਤੇ ਉਹਦੇ ਉਹਦੇ ਨਾਲ ਨਾਲ ਜਿਹੜਾ ਨਵੇਂ ਇੰਜੈਕਸ਼ਨ ਆਏ ਨੇ ਜਿਹੜੇ ਕਿ weight control ਬਾਰੇ ਜ्यादा ਯੂਜ਼ ਕਰਦੇ ਪਏ ਨੇ ਤੇ ਨਾਲ 슈ਗਰ ਦੇ ਵੀ ਕੰਮ ਹੁੰਦੇ ਨੇ ਉਹਦੇ ਬਾਰੇ ਵੀ ਸਵਾਲ ਸਨ ਪਰ ਕੋਈ ਕਲੈਰਿਟੀ ਨਹੀਂ ਦੇ ਸਕੇ ਕਿਉਂਕਿ ਉਹਨ ਅੱਗੇ ਕਿਉਂਕਿ ਇਹੋ ਜਿਹੇ ਸੈਮੀਨਾਰ ਦੇ ਵਿੱਚ ਕੀਵਾਰੀ ਗੱਲਾਂ ਜੜੀਆਂ ਨਾ ਕੁਰੀਆਂ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਉਹਦੇ ਨਾਲ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਸੋ ਓਵਰਆਲ ਜਿਹੜੀ ਬੇਸਿਕ ਗੱਲ ਸੀ ਜਦੋਂ ਤੁਹਾਡਾ ਡਾਇਗਨੋਸਿਸ ਹੋ ਗਿਆ ਆਪਣੇ ਡਾਕਟਰ ਨੂੰ ਮਿਲੋ ਆਪਣੇ ਫਾਰਮਾਸਿਸਟ ਨੂੰ ਮਿਲੋ ਡਾਈਟੀਸ਼ਨ ਨੂੰ ਮਿਲੋ ਨਰਸ ਪ੍ਰੈਕਟਿਸ਼ਨਰ ਬਲ ਐਕਸਰਸਾਈਜ਼ ਕਰੋ ਇਹਦੇ ਨਾਲ ਨਾਲ ਜਿਹੜਾ ਮਾਨਸਿਕ ਰੋਗਾਂ ਬਾਰੇ ਵੀ ਐਕਸਪਲੇਨ ਕੀਤਾ ਗਿਆ ਉਥੇ ਇੱਕ ਪ੍ਰੈਜ਼ੈਂਟਰ ਸਨ ਸਾਡੇ ਉਹਨਾਂ ਨੇ ਦੱਸਿਆ ਸਾਰਾ ਵੀ ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਤੇ ਨਾਲ ਨਾਲ ਫਿਰ ਜਿਹੜਾ ਜਿਹੜਾ ਇਹ ਵੀ ਦੱਸਿਆ ਗਿਆ ਕਿ ਡਿਜੀਟਲ ਜਿਹੜਾ ਵੇ ਆਫ ਆਰੇਆ ਮੈਡੀਸਨ ਦਾ ਵੀ ਤੁਸੀਂ ਆਪਣੀ ਸ਼ੂਗਰ ਕਿਸਾ ਮਾਨੀਟਰ ਕਰਨੀ ਹੈ ਘਰ ਦੇ ਵਿੱਚ ਆਨਲਾਈਨ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ ਆਪਣਾ ਜ਼ੂਮ ਕਿਸ ਤਰ੍ਹਾਂ ਯੂਜ਼ ਕਰਨਾ ਬਾਕੀ ਜੜੀਆਂ ਨੇ ਚੀਜ਼ਾਂ ਉਹ ਮੈਂ ਸਮਝਦਾ ਵੀ ਉਹ ਅਜੇ ਟਾਈਮ ਉਹਦੇ ਵਾਸਤੇ ਅਜੇ ਟਾਈਮ ਨਹੀਂ ਆਇਆ ਸਾਡੇ ਲੋਕਾਂ ਵਾਸਤੇ ਕਿਉਂਕਿ ਬਹੁਤਿਆਂ ਕੋਲੋਂ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਪ੍ਰੈਜ਼ੈਂਟ ਕਰਨੇ ਆ ਉਸ ਜਿਹੜਾ ਏਜ ਗਰੁੱਪ ਹੈ ਉਹਨਾਂ ਕੋਲੋਂ ਅਜੇ ਟੈਕਨੋਲੋਜੀ ਦੀ ਪੂਰੀ ਪ੍ਰੈਕਟਿਸ ਨਹੀਂ ਆ ਗਈ ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਉਹ ਠੀਕ ਰਹੇਗਾ ਪਰ ਫਿਰ ਵੀ ਇੰਟਰੋਡਕਸ਼ਨ ਇਸ ਟਾਈਮ ਤੇ ਕੀਤੀ ਗਈ ਸੋ ਜਿਹੜੀਆਂ ਸਾਰੀਆਂ ਗੱਲਾਂ ਤੋਂ ਇਹ ਇਹੋ ਗੱਲਾਂ ਉੱਥੇ ਕੀਤੀਆਂ ਗਈਆਂ ਇਹ ਪਹਿਲਾਂ ਵੀ ਆਪਾਂ ਰਿਪੀਟ ਕੀਤੀਆਂ ਨੇ ਸੋ ਫਾਲੋਅ ਅਪ ਕਰੋ ਬਾਕੀ ਤੁਸੀਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨੂੰ ਰਿਕਾਰਡ ਕਰਨਾ ਹੈ ਉਹਦੇ ਤੇ ਨੋਟ ਕਰ ਲਿਓ ਤੇ ਜਿਹੜੇ ਮੋਸਟਲੀ ਜਿਹੜੇ ਸਵਾਲ ਨੇ ਉਹ ਜਿਹੜੀ ਸਾਡੀ ਮੈਨੇਜਮੈਂਟ ਟੀਮ ਹੈ ਉਹ ਕਰਨਗੇ ਉੱਥੇ ਸਾਰਾ ਉੱਥੇ ਆਪਣਾ ਪਬਲਿਸ਼ ਕਰਨਗੇ ਤੇ ਮਿਨਿਸਟਰੀ ਆਫ ਹੈਲਥ ਨੇ ਫੰਡ ਕੀਤਾ ਸੀ ਤੇ ਮੈਂ ਸਭ ਇਹਨਾਂ ਵੀ ਪ੍ਰੋਗਰਾਮ ਓਵਰਆਲ ਇਟ ਵਾਸ ਅ ਗੁੱਡ ਸੈਸ਼ਨ ਓਵਰਆਲ ਆਈ ਥਿੰਕ ਇਟ ਵਾਸ ਅ very good but if you ask me be from scale 1 to 10 i would just say be isde wase participation jadi participation and aur chahidi hai kyunki mainu jadvda vi e e level te pahunch gi pehdi participation agge nalon vadhi ni pai ho sakda be lokan nu transportation da issue ho sakda lokan nu ਹੋ ਸਕਦਾ ਕਿ ਕਈ ਗੱਲਾਂ ਨੇ ਮੇ ਵੀ ਟਾਈਮਿੰਗ ਦਾ ਇਸ਼ੂ ਸੀ ਟਾਈਮਿੰਗ ਦੇ ਇਸ਼ੂ ਸੀ ਸੋ ਚੀਜ਼ਾਂ ਤੇ ਸੱਚਮੁੱਚ ਧਿਆਨ ਦੇਣਾ ਚਾਹੀਦਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਤੱਕ ਜਿੰਨੀ ਹੋ ਸਕੇ ਉਹ ਇਨਫਰਮੇਸ਼ਨ ਪਹੁੰਚਾ ਸਕੀਏ ਅਸੀਂ ਇਤੋਂ ਇਹ ਵੀ ਕਰਨਾ ਕਿ ਇੱਕ ਵਰਕਸ਼ਾਪ ਵੀ ਉਹ ਤਿਆਰ ਕਰਨਗੇ ਹੋ ਸਕਦਾ ਵੀ ਫਾਲੋਅ ਅਪ ਕੁਐਸਚਨ ਜਾ ਕੇ ਵਰਕਸ਼ਾਪ ਦੇ ਵਿੱਚ ਜਾ ਕੇ ਮੇਬੀ ਅ ਸਮਾਲ ਗਰੁੱਪ ਆਫ ਪੀਪਲ ਉਹਨਾਂ ਨਾਲ ਗੱਲਬਾਤ ਕਰਕੇ ਉਸ ਮੰਦਰ ਜਾਂ ਗੁਰਦੁਆਰੇ ਜਾਂ ਸੀਨੀਅਰ ਸੈਂਟਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਸੋ ਹੋਪਫੁਲੀ ਇਹ ਨਾਲ ਫਰਕ ਪਏਗਾ ਜ਼ਰੂਰ ਪਰ ਜਿਹੜੀ ਸੀ ਇਹ ਪੰਜਾਬੀ ਇੰਗਲਿਸ਼ ਤੇ ਹਿੰਦੀ ਦੇ ਵਿੱਚ ਵੀ ਮੇਰੇ ਖਾਲਸ ਨਾਲ ਉਹਨਾਂ ਟ੍ਰਾਂਸਲੇਸ਼ਨ ਕੀਤੀ ਸੋ ਸਾਰਿਆਂ ਦੀ ਪਾਰਟਿਸਪੇਸ਼ਨ ਸੀ ਇਸ ਪ੍ਰੋਗਰਾਮ ਨੂੰ ਲਿਆਉਣ ਵਾਸਤੇ 6 ਹਫ਼ਤਿਆਂ ਦੀ ਲਿਆਉਣ ਵਾਸਤੇ ਮੇਰੇ ਖਾਲਸ 2-3 ਮਹੀਨੇ ਉਹਨਾਂ ਨੂੰ ਆਰਗੇਨਾਈਜ਼ ਕਰਨਾ ਪਿਆ ਸੋ ਜਿਹੜੀ ਸਾਡੀ ਟੀਮ ਹੈ ਡਾਕਟਰ ਕੈਂਟਲ ਹੋ ਦੀ ਟੀਮ ਤੇ ਮੇਰਾ ਹੈਗਾ ਸਾਊਥ ਏਸ਼ੀਅਨ ਵਾਲਾ ਪਾਰਟ ਤੇ ਜੋ ਵੀ ਆਰਗੇਨਾਈਜ਼ਰ ਨੇ ਸਾਰੇ ਉਹਨਾਂ ਨੇ ਹੈਲਪ ਕੀਤੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਇਹ ਤੋਂ ਸਿੱਖੋ ਤੇ ਪਰ ਇਹ ਜ਼ਰੂਰ ਹੈਗਾ ਵੀ ਇਹ ਇਹ ਇਕ ਕੋ ਐਂਡ ਤੇ ਹੈ ਨਹੀਂ ਇਹ ਤੇ ਸ਼ੁਰੂਆਤ ਹੀ ਹੈ ਬਾਕੀ ਹੈਗਾ ਵੀ ਜੇ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਮੈਂ ਜਾਣ ਲੱਗਿਆ ਜਰੂਰ ਕਹਿਣਾ ਚਾਹਣਾ ਜੀ ਜੀ ਕਿ ਸ਼ੂਗਰ ਤੇ ਆਪਾਂ ਜੀਨ ਤੇ ਆਪਾਂ ਬਦਲ ਨਹੀਂ ਸਕਦੇ ਆਪਾਂ ਜਿੱਥੋਂ ਆਏ ਆ ਜੋ ਸਾਡੇ ਖੂਨ ਦੇ ਵਿੱਚ ਸਾਨੂੰ ਮਿਲਿਆ ਉਹਦੇ ਨੂੰ ਬਦਲਣਾ ਨਹੀਂ ਅਸੀਂ ਨਾ ਹੀ ਬਦਲ ਸਕਦੇ ਆਂ ਪਰ ਜਿਹੜਾ ਖਾਣ ਪੀਣ ਦਾ ਤਰੀਕਾ ਲਾਈਫ ਸਟਾਈਲ ਆਪਾਂ ਬਦਲ ਸਕਦੇ ਆਂ ਐਕਸਰਸਾਈਜ਼ ਬਾਰੇ ਫੋਕਸ ਕਰ ਸਕਦੇ ਆਂ ਆਪਨਾ ਪੀਨ ਬਾਰੇ ਫੋਕਸ ਕਰ ਸਕਦੇ ਆ ਮੈਡੀਸਨ ਲੈਣ ਬਾਰੇ ਫੋਕਸ ਕਰਦੇ ਆ ਕਰ ਸਕਦੇ ਆ ਟਰੈਵਲ ਬਾਰੇ ਤੁਸੀਂ ਜਿਆਦਾ ਧਿਆਨ ਰੱਖੋ ਜਦੋਂ ਟਰੈਵਲ ਕਰਦੇ ਹੋ ਆਪਣੀ ਮੈਡੀਸਨ ਦੋ ਤਿੰਨ ਜਿਹੜਾ ਨਾ ਹਫਤੇ ਦੀ ਮੈਡੀਸਨ ਆਪਣੇ ਕੋਲ ਰੱਖੋ ਜਦੋਂ ਤੁਸੀਂ ਕਾਸ ਕਰਕੇ ਜਦੋਂ ਇਨਸੂਲਿਨ ਲੈ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ 에어ਲਾਈਨ ਨੂੰ ਇਹ ਤੁਹਾਨੂੰ ਪ੍ਰੋਬਲਮ ਹੈਗੀ ਹੈ ਆਪਣਾ ਫੂਡ ਪਹਿਲਾਂ ਆਰਡਰ ਕਰੋ ਜਦੋਂ ਟ੍ਰੈਵਲ ਕਰਦੇ ਹੋ ਸਪੋਜ਼ ਤੁਸੀਂ ਦਿੱਲੀ ਪਹੁੰਚ ਗਏ ਦਿੱਲੀ ਤੋਂ ਪੰਜਾਬ ਜਾਣਾ 8-9 ਘੰਟੇ ਫਿਰ ਉੱਥੇ ਵੀ ਪ੍ਰੋਬਲਮ ਆ ਸਕਦੀ ਹੈ ਸੋ ਸਾਰੀਆਂ ਜਿਹੜੀਆਂ ਗੱਲਾਂ ਦਾ ਇਹ ਫਾਇਦਾ ਕਿ ਤੁਹਾਨੂੰ ਕਿਤੇ ਨਾ ਕਿਤੇ ਇਹ ਸੈਮੀਨਾਰ ਦੇ ਵਿੱਚੋਂ ਇੱਕ ਦੋ ਗੱਲਾਂ ਤੁਹਾਡੇ ਦਿਮਾਗ 'ਚ ਬੈਠ ਜਾਣ ਉਹਨਾਂ ਹੀ ਬਹੁਤ ਹੈ ਤੇ ਜੇ ਇਹਦੇ ਵਿੱਚੋਂ ਕੋਈ ਜੇ पूरा फॉलो करोगे जे एक या दो या तीन चार बंदਿਆਂ ਦੀ ਵੀ ਕਿਡਨੀਜ਼ بچਗੀਆਂ ਤੇ ਇਹ ਪ੍ਰੋਗਰਾਮ ਜਿਹੜਾ ਨਾ ਮੈਸਨਾਂ ਕੰਮ ਜਾਦੇ ਹਾਂਜੀ ਜੀ ਬਿਲਕੁਲ थैंक यू so much ਵਾਂਸ ਅਗੇ ਡਾਕਟਰ ਸਾਹਿਬ ओके ਸੋ ਡਾਕਟਰ ਗੁਲਜ਼ਾਰ ਸੀਮਾ ਦੇ ਨਾਲ ਕੱਲ ਬਾਤ ਹੋਈ ਹੈ ਜਿਨ੍ਹਾਂ ਨੇ ਸੈਮੀਨਾਰ ਦੇ ਬਾਰੇ ਦੱਸਿਆ ਜਿਨ੍ਹਾਂ ਨੇ ਦੱਸਿਆ ਕਿ ਸੈਮੀਨਾਰ ਕਿਸ ਤਰ੍ਹਾਂ ਦਾ ਰਿਹਾ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਆਫਕੋਰਸ ਉੱਥੇ ਬਹੁਤ ਸਾਰੇ ਸਵਾਲ ਆਏ ਹੋਣਗੇ ਉਹਨਾਂ ਦੇ ਬਾਰੇ ਵੀ ਅਪਡੇਟ ਜਿਹੜੀ ਹੈ ਨਾਲ ਦੀ ਨਾਲ ਕੀਤੀ ਜਾਣੀ ਆ ਪਰ ਇਹ ਇੱਕ ਸੀਰੀਅਸ ਇਸ਼ੂ ਆ ਜਿਹਦੇ ਉੱਤੇ ਗੱਲਬਾਤ ਕਰਨੀ ਲਾਜ਼ਮੀ ਆ ਇਨਫੋਰਮੇਸ਼ਨ ਦੇਣੀ ਲਾਜ਼ਮੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੀ ਵੀ ਅਪਡੇਟਸ ਹੋਣਗੀਆਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਸੋ ਇੱਕ ਵਾਰ ਫਿਰ ਤੋਂ ਡਾਕਟਰ ਗੁਲਜ਼ਾਰ ਸੀਮਾ ਦਾ ਧੰਨਵਾਦ ਕਰਦੇ ਆਂ ਆਈਕਨ ਵਾਲਿਆਂ ਦਾ ਧੰਨਵਾਦ ਕਰਦੇ ਆਂ ਯੂਬੀਸੀ ਵਾਲਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜੀ ਇੰਨੀ ਮਿਹਨਤ ਦੇ ਬਾਅਦ ਇੱਕ ਸੈਮੀਨਾਰ ਲੈ ਕੇ ਆਉਂਦੀ ਆ ਤਾਂ ਕਿ ਕਮਿਊਨਿਟੀ ਦਾ ਫਾਇਦਾ ਹੋ ਸਕੇ ਇੱਕ ਕਮਿਊਨਿਟੀ ਨਹੀਂ ਵੱਖ-ਵੱਖ ਕਮਿਊਨਿਟੀ ਸਾਰੀਆਂ ਕਮਿਊਨਿਟੀਆਂ ਦਾ ਫਾਇਦਾ ਹੋ ਸਕੇ ਕਿ ਜਿਹੜੇ ਵੀ ਡਾਇਬੀਟਿਸ ਦੇ ਨਾਲ ਜੂਝ ਰਹੇ ਨੇ ਇਨਫਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸੰਚੈ ਟੀਵੀ